ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉਝੈ ਸ਼੍ਰੀ ਰਵਿਦਾਸ ਜੀ ਕੇ ਪਦੇ ਕਰ ਤਿੰਨ ਏਕ ਓਮਕਾਰ ਸਤਗੁਰ ਪ੍ਰਸਾਦ ਦੂਦ ਤਾਂ ਬਸਰੇ ਥਨਿਓ ਬਿਟਾਰਿਓ ਫੂਲ ਪਵਰ ਜਲਮੀਨ ਵਿਗਾਰਿਓ ਮਾਈ ਗੋਬਿੰਦ ਪੂਜਾ ਕਹ ਲੈ ਚਰਾਵਿਓ ਖਬਰ ਨ ਫੂਲ ਅਨੂਪ ਨਾ ਪਾਵੇਓ ਦੂਦ ਤਾਂ ਬਸਰੈ ਥਨਿਓ ਬਿਟਾਰਿਓ ਫੂਲ ਪਵਰ ਜਲਮੀਨ ਵਿਗਾਰਿਓ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵਿਓ ਅਵਰ ਨਾ ਫੂਲ ਅਨੂਪ ਨਾ ਪਾਵਿਓ ਰਹਾਉ ਮੈ ਲਾਗਰ ਬੇਰ ਹੈ ਹੈ ਪੁਯੰਗਾ ਬਿਕ ਅੰਮ੍ਰਿਤ ਬਸੇ ਇਕ ਸੰਗਾ ਧੂਪ ਦੀਪ ਨਹੀਂ ਬੇਧ ਹੈ ਬਾਸਾ ਕੈਸੇ ਪੂਜ ਕਰਹਿ ਤੇਰੀ ਦਾਸਾ ਤਨ ਮਨ ਅਰਪਿਓ ਪੂਜ ਚਰਾਵਿਓ ਗੁਰ ਪ੍ਰਸਾਦ ਨਿਰੰਜਨ ਪਾਵਿਓ ਪੂਜਾ ਅਰਚਾ ਆਹੇ ਨਾ ਤੋਰੀ ਕਹਿ ਰਵਿਦਾਸ ਕਬਰ ਗਤ ਮੋਰੀ पूजा अर्चा आहे न तोरी कह रविदास कवन गत मोरी गुरु जी का खालसा गुरु जी की फतेह गुजरी श्री रविदास जी के पदे घर एक ओंकार सतगुरु प्रसाद ਜੋ ਤਦ ਹਨ ਤੋ ਹੀ ਬੱਚੇ ਨੇ ਜੋ ਠਾ ਕਰ ਦਿੱਤਾ ਫੁੱਲ ਭੋਰੇ ਨੇ ਸੁੰਘ ਕੇ ਤੇ ਪਾਣੀ ਮੱਛੀ ਨੇ ਘਰਾਵ ਕਰ ਦਿੱਤਾ ਸੋ ਦੁੱਧ ਫੁੱਲ ਪਾਣੀ ਇਹ ਤਿੰਨੇ ਹੀ ਝੂਠੇ ਹੋ ਜਾਣ ਕਰਕੇ ਪ੍ਰਭੂ ਅੱਗੇ ਭੇਡ ਕਰਨ ਜੋਗੇ ਨਾ ਰਹਿ ਗਏ ਏ ਮਾਂ ਗੋਬਿੰਦ ਦੀ ਪੂਜਾ ਕਰਨ ਲਈ ਮੈਂ ਕਿੱਥੋਂ ਕੋਈ ਚੀਜ਼ ਲੈ ਕੇ ਭੇਟ ਕਰਾਂ ਕੋਈ ਹੋਰ ਸੱਚਾ ਫੁੱਲ ਆਦਿਕ ਮੈਂ ਨਹੀਂ ਸਕਦਾ ਕਿ ਮੈਂ ਇਸ ਘਾਟ ਕਰਕੇ ਉਸ ਸੋਹਣੇ ਪ੍ਰਭੂ ਨੂੰ ਪ੍ਰਪਤ ਨਹੀਂ ਕਰ ਸਕਾਂਗਾ ਰਹਾਉ ਚੰਦਨ ਦੇ ਬੂਟਿਆਂ ਨੂੰ ਸੱਪ ਜਿੰਬੜੇ ਹੋਏ ਹਨ ਤੇ ਉਹਨਾਂ ਨੇ ਚੰਦਨ ਨੂੰ ਝੂਠਾ ਕਰ ਦਿੱਤਾ ਹੈ ਜ਼ਹਿਰ ਤੇ ਅੰਮ੍ਰਿਤ ਵੀ ਸਮੁੰਦਰ ਵਿੱਚ ਇਕੱਠੇ ਹੀ ਵੱਸਦੇ ਹਨ ਸੁਗੰਧੀ ਆ ਜਾਣ ਕਰਕੇ ਧੂਪ ਦੀਪ ਤੇ ਨਾਵੇਦ ਵੀ ਝੂਠੇ ਹੋ ਜਾਂਦੇ ਹਨ ਫਿਰ हे ਪ੍ਰਭੂ ਜੇ ਤੇਰੀ ਪੂਜਾਇਨਾ ਚੀਜ਼ਾਂ ਨਾਲ ਨਹੀਂ ਹੋ ਸਕਦੀ ਹੋਵੇ ਤਾਂ ਇਹ ਝੂਠੀਆਂ ਚੀਜ਼ਾਂ ਤੇਰੇ ਅੱਗੇ ਰੱਖ ਕੇ ਤੇਰੇ ਭਗਤ ਕਿਸ ਤਰ੍ਹਾਂ ਤੇਰੀ ਪੂਜਾ ਕਰੇ ਹੈ ਪ੍ਰਭੂ ਮੈਂ ਆਪਣਾ ਤਨ ਤੇ ਮਨ ਅਰਪਣ ਕਰਦਾ ਤੇਰੀ ਪੂਜਾ ਵਜੋਂ ਭੇਟ ਕਰਦਾ ਕਿਸੇ ਇਸੇ ਭੇਟਾ ਨਾਲ ਹੀ ਸਤਿਗੁਰ ਦੀ ਮਿਹਰ ਦੀ ਬਰਕਤ ਨਾਲ ਤੈਨੂੰ ਮਾਇਆ ਰਹਿਤ ਨੂੰ ਲੱਭ ਸਕਦਾ ਹਾਂ ਹਰ ਬਿਦਾ ਸਾਕਦਾ ਹੈ हे ਪ੍ਰਭੂ ਜੇ ਸੁੱਚੇ ਦੁੱਧ ਫੁੱਲ ਧੂਪ ਚੰਦਰ ਤੇ ਨਵੇਦ ਆਦਿਕ ਦੀ ਭੇਟਾ ਨਾਲ ਹੀ ਤੇਰੀ ਪੂਜਾ ਹੋ ਸਕਦੀ ਤਾਂ ਕਿਤੇ ਵੀ ਇਹ ਸ਼ਿਆ ਸੁੱਚੀਆਂ ਨਾਮ ਮਿਲਣ ਕਰਕੇ ਮੈਥੋਂ ਤੇਰੀ ਪੂਜਾ ਤੇ ਤੇਰੀ ਭਗਤੀ ਹੋ ਹੀ ਨਾ ਸਕਦੀ ਤਾਂ ਫਿਰ हे ਪ੍ਰਭੂ ਮੇਰਾ ਕੀ ਹਾਲ ਹੁੰਦਾ ਭਾਵ ਲੋਕ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨੂੰ ਆਪਣੇ ਵੱਲੋਂ ਸੁੱਚੇ ਜਲ ਫੁੱਲ ਤੇ ਦੁੱਧ ਆਦਿ ਨਾਲ ਪ੍ਰਸੰਨ ਕਰਨ ਦੇ ਯਤਨ ਕਰਦੇ ਹਨ ਪਰ ਇਹ ਚੀਜ਼ਾਂ ਦਾ ਫੈਲਾ ਹੀ ਝੂਟੀਆਂ ਹੋ ਜਾਂਦੀਆਂ ਹਨ ਪਰਮਾਤਮਾ ਅਜਿਹੀਆਂ ਚੀਜ਼ਾਂ ਦੀ ਭੇਟਾ ਨਾਲ ਖੁਸ਼ ਨਹੀਂ ਹੁੰਦਾ ਉਹ ਤਾਂ ਤਨਮੰਦੀ ਭੇਟਾ ਮੰਗਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ